ਪੰਨੂ ਸਾਹਿਬ, ਮੇਘਾਲਿਆ ਦੇ ਵਿੱਚੋਂ ਵੀ ਹੁਣ ਜਿਹੜੇ ਮੇਘਾਲਿਆ ਦੇ ਰਾਜਪਾਲ ਨੇ ਉਹਨਾਂ ਨੇ ਕਿਸਾਨਾਂ ਦਾ ਪੱਖ ਫਿਰ ਪੂਰਿਆ, ਤੇ ਮੇਰੇ ਖਿਆਲ ਕੁਛ ਦਿਨ ਪਹਿਲਾਂ ਤੁਸੀਂ ਇਹਨਾਂ ਬਾਰੇ ਗੱਲ ਸਾਂਝੀ ਕੀਤੀ ਸੀ ਨਾ ਵੀ ਹੋ ਸਕਦਾ ਇਹਨਾਂ ਨੂੰ ਹੁਣ ਚੱਲਦਾ ਕਰ ਦਿੱਤਾ ਜਾਵੇ। ਬਿਲਕੁਲ ਜੀ, ਉਹੀ ਨੇ, ਔਰ ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਹੋਰਾਂ ਨੇ ਇਦੋਂ ਪਹਿਲਾਂ ਵੀ ਟਿੱਪਣੀ ਜਿਹੜੀ ਉਹ ਕੀਤੀ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਸਾਨ ਮੁੜਨਗੇ ਨਹੀਂ, ਇਹਨਾਂ ਨੂੰ ਨਿਰਾਸ਼ ਨਾ ਕਰੋ, ਇਹਨਾਂ ਨੂੰ ਨਿਰਾਸ਼ ਕਰਕੇ ਨਾ ਭੇਜਣਾ। ਉਹਨਾਂ ਨੇ ਜਿਹੜੇ ਉਹ ਸਿੱਖਾਂ ਦੇ ਬਾਰੇ ਦੇ ਵਿੱਚ ਵੀ ਉਦੋਂ ਟਿੱਪਣੀ ਇੱਕ ਕੀਤੀ ਸੀਗੀ ਕਿ 300 ਸਾਲ ਤੱਕ ਭੁੱਲਦੇ ਨੀਗੇ। ਸਤਪਾਲ ਮਲਿਕ ਹੋਰਾਂ ਨੇ ਅੱਜ ਇੱਕ ਹੋਰ ਟਿੱਪਣੀ ਜਿਹੜੀ ਆ ਉਹ ਕਿਸਾਨ ਅੰਦੋਲਨ ਦੇ ਉੱਤੇ ਕੀਤੀ ਆ। ਉਹ ਦਿੱਲੀ ਨੂੰ ਜਾਂਦਿਆਂ ਰਾਜਸਥਾਨ ਦੇ ਵਿੱਚ ਉਹ ਝੁੰਝਨੂ ਏਰੀਆ ਉੱਥੇ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ। ਇਹ ਕਿਹਾ ਕਿ ਕਿਸਾਨ ਅੰਦੋਲਨ ਦਾ ਲੰਬਾ ਚੱਲਣਾ ਕਿਸੇ ਦੇ ਹਿੱਤ ਦੇ ਵਿੱਚ ਨੀਗਾ। ਇਹ ਵੀ ਕਹਿਤਾ ਕਿ ਕੁੱਤਾ ਵੀ ਮਰ ਜਾਂਦਾ ਤੇ ਉਹਦੇ ਵਾਸਤੇ ਵੀ ਸਾਡੇ ਨੇਤਾ ਸ਼ੋਕ ਸੰਦੇਸ਼ ਭੇਜ ਦਿੰਦੇ ਆ, ਪਰ 250 ਤੋਂ ਉੱਪਰ ਕਿਸਾਨ ਇਸ ਅੰਦੋਲਨ ਦੇ ਦੌਰਾਨ ਉਹ ਮਾਰੇ ਗਏ, ਅਜੇ ਤੱਕ ਕੋਈ ਬੋਲਿਆ ਨਹੀਂ। ਉਹਨਾਂ ਨੇ ਕਿਹਾ ਕਿ ਇਹ ਹੱਦ ਹੈ ਕਿ ਇੰਨਾ ਵੀ ਕੋਈ ਜਿਹੜਾ ਉਹ ਪੱਥਰ ਦਿਲ ਹੋ ਸਕਦਾ। ਉਹਨਾਂ ਨੇ ਇਹ ਗੱਲ ਕਹੀ ਕਿ ਕਿਸਾਨ ਆਪਣਾ ਘਰ ਬਾਰ ਛੱਡ ਕੇ ਆਏ, ਹਾਦਸੇ ਦੇ ਵਿੱਚ ਮਰਨ ਵਾਲਿਆਂ ਦੇ ਵਾਸਤੇ ਵੀ ਤੁਸੀਂ ਇੱਕ ਸੰਦੇਸ਼ ਭੇਜ ਦਿੰਦੇ ਹੋ ਕਿ ਸਾਨੂੰ ਬੜਾ ਦੁੱਖ ਹੋਇਆ, ਪਰ ਕਿਸਾਨਾਂ ਨੂੰ ਨਹੀਂ ਜਿਹੜਾ ਉਹ ਭੇਜ ਰਹੇ। ਸਤਪਾਲ ਮਲਿਕ ਹੋਰਾਂ ਨੇ ਅੱਗੇ ਇਹ ਵੀ ਕਿਹਾ ਕਿ ਮੇਰਾ ਇਹ ਮੰਨਣਾ ਕਿ ਕਿਸਾਨ ਅੰਦੋਲਨ ਦਾ ਛੇਤੀ ਹੱਲ ਨਿਕਲ ਆਊਗਾ, ਸਾਰੇ ਆਪੋ ਆਪਣੀ ਜਗ੍ਹਾ ਠੀਕ ਨੇ, ਇਹ ਮਾਮਲਾ ਛੇਤੀ ਨਿਪਟ ਸਕਦਾ। ਉਹਨਾਂ ਨੇ ਕਿਹਾ ਕਿ MSP ਹੀ ਮੁੱਦਾ, ਜੇ ਤੁਸੀਂ MSP ਨੂੰ ਕਾਨੂੰਨੀ ਰੰਗ ਦੇ ਦਿਓਗੇ ਤੇ ਇਹ ਮਸਲਾ ਹੱਲ ਹੋ ਜਾਊਗਾ। ਸਤਪਾਲ ਮਲਿਕ ਹੋਰਾਂ ਨੇ ਇਹ ਵੀ ਕਿਹਾ ਕਿ ਅੰਦੋਲਨ ਇੰਨਾ ਲੰਮਾ ਸਮਾਂ ਨਹੀਂ ਚੱਲਣਾ ਚਾਹੀਦਾ ਸੀਗਾ, ਔਰ ਉਹਨਾਂ ਨੇ ਕਿਹਾ ਕਿ ਗੱਲਬਾਤ ਦੇ ਰਾਹੀਂ ਇਸ ਮਸਲੇ ਨੂੰ ਸੁਲਝਾ ਲੈਣਾ ਚਾਹੀਦਾ ਸੀਗਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹਦੇ ਵਿੱਚ ਵਿਚੋਲਗਰੀ ਕਰਨ ਨੂੰ ਤਿਆਰ ਹੋ, ਤਾਂ ਸਤਪਾਲ ਮਲਿਕ ਹੋਰਾਂ ਨੇ ਇਹ ਗੱਲ ਕਹੀ ਕਿ ਮੈਂ ਇੱਕ ਇਸ ਤਰ੍ਹਾਂ ਦੇ ਸੰਵਿਧਾਨਕ ਅਹੁਦੇ ਦੇ ਉੱਤੇ ਬੈਠਾ ਰਾਜਪਾਲ ਦੇ, ਜਿੱਥੇ ਮੈਂ ਇਸ ਤਰ੍ਹਾਂ ਦੀ ਵਿਚੋਲਗਿਰੀ ਨਹੀਂ ਕਰ ਸਕਦਾ। ਸਤਪਾਲ ਮਲਿਕ ਹੋਰਾਂ ਨੇ ਪਹਿਲਾਂ ਜਦੋਂ ਪਿਛਲੀ ਵਾਰੀ ਬੋਲੇ ਸੀ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜਾ ਰਾਜਪਾਲ ਦਾ ਅਹੁਦਾ ਉੱਥੇ ਕਹਿੰਦੇ ਸਾਨੂੰ ਲਿਖ ਕੇ ਦੇ ਦਿੱਤਾ ਜਾਂਦਾ, ਅਸੀਂ ਉਹ ਬੋਲ ਦਿੰਦੇ ਹਾਂ, ਸਾਨੂੰ ਬੋਲਣ ਦੀ ਪਰਮਿਸ਼ਨ ਨੀਗੀ, ਪਰ ਕਹਿੰਦੇ ਕਿਸਾਨਾਂ ਦੇ ਬਾਰੇ ਦੇ ਵਿੱਚ ਮੈਂ ਜ਼ਰੂਰ ਬੋਲੂੰਗਾ। ਉਦੋਂ ਵੀ ਬੋਲੇ ਸਤਪਾਲ ਮਲਿਕ, ਹੁਣ ਵੀ ਬੋਲੇ ਸਤਪਾਲ ਮਲਿਕ। ਜਿੱਥੇ ਮੇਘਾਲਿਆ ਦੇ ਰਾਜਪਾਲ ਨੇ ਉੱਥੇ ਉਹ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਜਿਹੜੀ ਉਹ ਲਿਸਟ ਦੇ ਵਿੱਚ ਆਉਂਦੇ ਆ। ਉਹਨਾਂ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਵਾਸਤੇ ਇਹ ਬੋਲਣਾ, ਕਿਉਂਕਿ ਜੇ ਭਾਰਤੀ ਜਨਤਾ ਪਾਰਟੀ ਸਤਪਾਲ ਮਲਿਕ ਹੋਰਾਂ ਨੂੰ ਨਹੀਂ ਰੋਕਦੀ ਤੇ ਇਹ ਰਾਹ ਖੁੱਲੂਗਾ, ਜੇ ਰੋਕਦੀ ਆ ਤੇ ਫਿਰ ਜਿਹੜਾ ਇਹ ਹੋਊਗਾ ਕਿ ਹੁਣ ਕਿੱਥੇ ਕਿੱਥੇ ਤੁਸੀਂ ਕੰਟਰੋਲ ਕਰੋਗੇ। ਦੋਨਾਂ ਸਾਈਡਾਂ ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਚੁੱਪ ਬੈਠੀ ਆ ਕਿ ਬੋਲਣ ਕਿੰਨਾ ਕੁ ਬੋਲਦੇ ਨੇ। ਪਹਿਲੀ ਜਿਹੜੀ ਜਦੋਂ ਪਹਿਲਾਂ ਬੋਲੇ ਜਾਂ ਇਹ ਬੋਲੇ ਇੱਥੇ ਵੀਰੇ ਦੀ ਕਿਸੇ ਜਗ੍ਹਾ ਦੇ ਉੱਤੇ ਕਿਸੇ ਚੈਨਲ ਦੇ ਉੱਤੇ ਨਹੀਂ ਵਿਖਾਇਆ ਗਿਆ ਉਹਨਾਂ ਨੂੰ, ਕਿਉਂਕਿ ਉਹਨਾਂ ਸਰਕਾਰ ਨੂੰ ਪਤਾ ਕਿ ਸਾਡਾ ਦਰਬਾਰੀ ਮੀਡੀਆ ਹੈਗਾ, ਉਹਨੇ ਕਿਸੇ ਨੇ ਦਿਖਾਉਣਾ ਨਹੀਂ। ਪਰ ਸੋਸ਼ਲ ਮੀਡੀਆ ਦੇ ਰਾਹੀਂ ਸਤਪਾਲ ਮਲਿਕ ਹੋਰਾਂ ਦਾ ਭਾਸ਼ਣ ਪਹਿਲਾਂ ਵੀ ਬਹੁਤ ਫੇਮਸ ਹੋਇਆ ਸੀਗਾ ਤੇ ਉਹਨਾਂ ਦਾ ਇਹ ਬਿਆਨ ਇੱਕ ਵਾਰੀ ਫੇਰ ਜਿਹੜੀ ਦੀ ਉਹ ਚਰਚਾ ਦੇ ਵਿੱਚ ਤਾਂ ਹੈਗਾ ਜੀ। ਪੰਨੂ ਸਾਹਿਬ, ਫਿਰ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਹੋਈ ਫਿਰ ਅੱਜ? ਪਹਿਲਾਂ ਤੁਸੀਂ ਕੱਲ੍ਹ ਦੱਸਿਆ ਸੀ ਨਾ ਲੰਚ ਮੀਟਿੰਗ, ਫਿਰ ਚਾਹ ਦੀ ਮੀਟਿੰਗ 'ਚ ਤਬਦੀਲ ਹੋ ਗਈ ਸੀ, ਤੇ ਮੀਟਿੰਗ ਦੇ ਵਿੱਚ ਹੋਇਆ ਕੀ ਕੁਝ? ਦੇਖੋ, ਇਹ ਤਾਂ ਨਹੀਂ ਪਤਾ ਕਿ ਮੀਟਿੰਗ ਦੇ ਅੰਦਰ ਕੀ ਕੁਛ ਹੋਇਆ। ਇਹ ਮੀਟਿੰਗ ਜਿਹੜੀ ਉਹ ਚਾਹ ਦੇ ਵਿੱਚ ਇਸ ਕਰਕੇ ਤਬਦੀਲ ਹੋਈ ਕਿ ਮੁੱਖ ਮੰਤਰੀ ਹੋਰਾਂ ਨੇ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜੁੜਨਾ ਸੀ। ਜਿਹੜੀ ਮੁੱਖ ਮੰਤਰੀਆਂ ਦੀ ਮੀਟਿੰਗ ਉਹਨਾਂ ਨੇ ਲਈ ਸੀਗੀ। ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਾਹਰਲਾ ਘਰ ਹੈ ਸਿਸਵਾ, ਉੱਥੇ ਉਹ ਚਾਹ ਪੀਣ ਦੇ ਵਾਸਤੇ ਗਏ। 50 ਮਿੰਟ, 45 ਤੋਂ 50 ਮਿੰਟ ਦੇ ਕਰੀਬ ਇਹ ਮੁਲਾਕਾਤ ਚੱਲੀ ਦੱਸੀ ਜਾਂਦੀ ਆ। ਜਿਹੜੇ ਪੰਜਾਬ ਦੇ ਖੇਡ ਮੰਤਰੀ ਨੇ ਰਾਣਾ ਗੁਰਮੀਤ ਸੋਢੀ ਹੁਰੀ ਉਸ ਟਾਈਮ ਦੇ ਉੱਤੇ ਮੌਜੂਦ ਸੀਗੇ। ਜਦੋਂ ਮੀਟਿੰਗ ਖਤਮ ਹੋ ਗਈ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹਿੰਦੀ 'ਚ ਬਾਹਰ ਆਉਂਦਿਆਂ ਸਾਰ ਇੱਕ ਟਵੀਟ ਕੀਤਾ ਕਿ ਆਜ਼ਾਦ ਰਹੋ ਵਿਚਾਰੋਂ ਸੇ ਲੇਕਿਨ ਬੰਧੇ ਰਹੋ ਸੰਸਕਾਰੋਂ ਸੇ ਤਾਂ ਕਿ ਆਸ ਔਰ ਵਿਸ਼ਵਾਸ ਰਹੇ ਕਿਰਦਾਰੋਂ ਪੇ। ਅੱਗੇ ਦੋ ਹੈਰਾਨੀ ਚਿੰਨ੍ਹ ਉਹਨਾਂ ਨੇ ਜਿਹੜੇ ਆ ਜੀ ਉਹ ਪਾਏ ਆ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਚਾਲੇ ਕੀ ਗੱਲਬਾਤ ਹੋਈ, ਕਿਹੜੇ ਮੁੱਦਿਆਂ ਦੇ ਉੱਤੇ ਸਹਿਮਤੀ ਬਣੀ, ਦੇਖੋ ਅਟਕਲਾਂ ਇਸ ਵੇਲੇ ਸਿਖਰ ਦੇ ਉੱਤੇ ਜਿਹੜੀਆਂ ਉਹ ਚੱਲ ਰਹੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਗੱਲ ਬਣ ਗਈ
कुछ कहिंदे आ नहीं गल नहीं बनी। नवजोत सिंह सिद्धू होरां दा ट्वीट यह कहिंदा कि गल नहीं बनी। जिहड़े कुछ सूत्र ने अंदरूनी वह यह गल कहिंदे आ कि नवजोत सिंह सिद्धू होरां ने यह गल कही है कि उन्हां नूं पंजाब प्रदेश कांग्रेस का प्रधान बनाया जाए। जिहड़ी गल कैप्टन अमरिंदर सिंह होरी मन्नण दे वास्ते तैयार नहीं, वह उन्हां नूं जिहड़ा पावर का महकमा उरों दिंदे सी उह देण दे वास्ते तैयार ने। एक रिपोर्ट यह कह रही है कि वह पावर के महकमे के नाल दो होर मंत्रालय उन्होंने दे सकते हैं। ये जेल मंत्रालय हो सकता, ये खेती मंत्रालय हो सकता। हुण ये तिने महकमे इस तरह के आ कि ना इन्हों का कोई सिर है तो ना इन्हों का कोई पैर है। ये कुछ नहीं पता कितों शुरू होंदे आ कित्थे जांदे आ। कंट्रोवर्शियल जिहड़े दी ओ इह महकमे ने तिने ओ नवजोत सिंह सिद्धू होरां नूं इह दे के उन्हां नूं इस मामले दे उत्ते फसा भी जिहड़ा हो सकदे आ। लै दे के जदों आपां गल कर रहे हां ते मार्च अद तों टप रहा, और इहदा मतलब इह कि जून जुलाई तक मसी टाइम आ जी सरकार दे कोले, क्योंकि जून जुलाई तो बाद अफसरां ने सुनों हट जाना। यह सब नूं पता कि चार पांच महीने पहलां अफसर सुनों हट जांदे आ वी कोई नहीं देखांगे अगली सरकार किहदी आउंदी आ। इन्हां चौं पंजां महीनियां दे विच हुण कांग्रेस किड्डी क मल मारूगी, यह अपने आप दे विच सवाल है। कल नूं कैप्टन अमरिंदर सिंह होरां ने लाइव होना अपने फेसबुक पेज दे राही इत्थों मुताबक जिहड़ा जी उह दुपहरे, और अपने सरकार दीआं चार साल दीआं प्राप्तियां जिहड़ियां उह गणाउणियां ने। अच्छा, पिछले दिनां दे विच इह वी गल जिहड़ी चर्चा दे विच सी कि पत्रकारां तों सवाल मंगे गए आ वी पहलां सवाल दस दिओ किहड़े किहड़े तुसीं करने आ। इट मीनस कि सरकार डरदी है कि सवाल जे लाइव होणगे ते उहदे विच वड्डे सवाल होणगे। कल नूं कैप्टन अमरिंदर सिंह होरी की इहदा जिक्र करदे आ? एक दूजी गल, यह मसला अगले दो तीन दिनों के वास्ते अटक भी सकता है, क्योंकि अगले दो तीन दिनों तो बाद रीशफलिंग जिहड़ी आ उह हो सकती है मंत्रियों दे विच। कुछ विभाग जिहड़े आ मंत्रियों दे उह बदले जा सकते आ। दो मंत्री ने जिन्हां दी संभावी रूप दे विच छुट्टी की जा सकती है, दोनों माझे तो ने। उन्हां दी जगह दे उत्ते जिहड़े नवें लगण वाले ने उह अपने जिहड़ा जी उह जगाड़बंदियां लाउंदे फिरदे ने दिल्ली वी शायद साडा नौ अड़ जाए कुछ महीनिआं लई सही, उदों तक बथेरा कुछ जिहड़ा जी उह कमा लैणा। नवजोत सिंह सिद्धू होरां नूं ना पार्टी हाईकमांड जिहड़ी नाराज़ कर सकती है, ना उह नाराजगी मुल लै सकती है कैप्टन अमरिंदर सिंह होरां दी। हाईकमांड विच विचाले जिहड़ी फसी आ, पर हाईकमांड उहदे हालात अज इस तरह दे ने कि उह बिना रीढ़ दी हड्डी तों आ, ਉਹ ਖੜ ਨਹੀਂ ਆਪਣੇ ਆਸਰੇ ਜਿਹੜਾ ਦੀ ਉਹ ਸਕਦੀ। ਕਾਂਗਰਸ ਦਾ ਜੋ ਜਿਹੜਾ ਦੀ ਉਹ ਹਾਲਾਤ ਨੇ, ਇਸ ਕਰਕੇ ਉਹ ਕੋਈ ਫੈਸਲਾ ਨਹੀਂ ਲੈ ਸਕਦੀ। ਅਗਲੇ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਦੀ ਉਹ ਪਤਾ ਲੱਗੂਗਾ। ਵੈਸੇ ਜੇ ਨਵਜੋਤ ਕੌਰ ਸਿੱਧੂ ਹੋਰਾਂ ਦਾ ਲਾਈਏ ਤੇ ਅੱਜ ਸਵੇਰੇ ਉਹਨਾਂ ਨੂੰ ਜਿਹੜੀ ਇੱਥੇ ਜਾਟ ਮਹਾਸਭਾ ਉਹਦੀ ਇਸਤਰੀ ਵਿੰਗ ਦੇ ਪ੍ਰਧਾਨ ਬਣਾਇਆ ਗਿਆ, ਤੇ ਉਹਨਾਂ ਨੇ ਇਹ ਗੱਲ ਕਹਿਤੀ ਕਿ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਮੰਤਰੀ ਬਣਨਾ ਹੁੰਦਾ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਅੱਜ ਕੇਂਦਰ ਦੇ ਵਿੱਚ ਮੰਤਰੀ ਹੁੰਦੇ ਤੇ ਕੁਰਕਸ਼ੇਤਰ ਤੋਂ ਚੋਣ ਲੜ ਕੇ ਉਹਨਾਂ ਨੇ ਜਿੱਤ ਵੀ ਜਾਣਾ ਸੀ। ਉਹ ਕਹਿੰਦੇ 40 ਕਰੋੜ ਰੁਪਈਆ ਸਾਲਾਨਾ ਦੀ ਨੌਕਰੀ ਛੱਡ ਕੇ ਬੈਠੇ ਆ ਨਵਜੋਤ ਸਿੰਘ ਸਿੱਧੂ ਹੋਰੀ, ਉਹ ਤਾਂ ਪੰਜਾਬ ਦੇ ਵਾਸਤੇ ਕੁਛ ਕਰਨਾ ਚਾਹੁੰਦੇ ਆ। ਮੰਤਰਾਲਾ ਨਹੀਂ ਵੀ ਮਿਲੂਗਾ ਤਾਂ ਵੀ ਕਰਨਗੇ, ਮੰਤਰਾਲਾ ਨਹੀਂ ਮਿਲਦਾ ਤੇ ਫੇਰ ਕਿਵੇਂ ਕਰਨਗੇ। ਇਹ ਗੱਲ ਜਿਹੜੀ ਇਸ ਤਰ੍ਹਾਂ ਦੀ ਆ ਵੀ ਜਿਵੇਂ ਚੌਰਸ ਕੋਈ ਚੀਜ਼ ਰੇੜ ਦਿੱਤੀ ਗਈ ਹੋਵੇ। ਸੋ ਨਵਜੋਤ ਕੌਰ ਸਿੱਧੂ ਹੋਰੀ ਅੱਜ ਜਿਹੜਾ ਉਹ ਬੋਲੇ ਆ ਇਸ ਮਸਲੇ ਦੇ ਉੱਤੇ, ਗੱਲ ਬਹੁਤਿਆਂ ਦੇ ਸਮਝ ਨਹੀਂ ਆਉਂਦੀ ਤੇ ਕੁਛ ਦੇ ਜਿਹੜੀ ਉਹ ਆਉਂਦੀ ਵੀ ਆ। ਜੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਆਹ ਮੀਟਿੰਗ ਜਿਹੜੀ ਅੱਜ ਵਾਲੀ ਸੀਗੀ ਇਹਦੇ ਵਿੱਚ ਗੱਲ ਨਹੀਂ ਬਣਦੀ ਤੇ ਫਿਰ ਬਣਨ ਦੇ ਚਾਂਸਸ ਜਿਹੜਾ ਦੀ ਉਹ ਘੱਟ ਨੇ। ਦੂਜਾ ਜੋ ਮੈਨੂੰ ਲੱਗਦਾ ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਹੋਣਾ ਕਿ ਠੀਕ ਹੈ ਮੈਂ ਮੰਤਰਾਲੇ ਦਊਂਗਾ, ਜਿਹੜੇ ਉਹ ਮੰਗਦਾ ਮੈਂ ਦਊਂਗਾ, ਉਹਨੂੰ ਕਹੋ ਮੇਰੇ ਇੱਕ ਵਾਰੀ ਜਿਹੜਾ ਦੀ ਉਹ ਘਰੇ ਆਵੇ, ਕਿਉਂਕਿ ਸਿੱਧੂ ਸਿੱਧੂ ਭੇੜੇ ਆ। ਸੋ ਕੋਈ ਝੁਕਣਾ ਨਹੀਂ ਨਾ ਚਾਹੁੰਦਾ ਜੀ, ਦੋਨੋਂ ਸਿੱਧੂ ਨੇ। ਤੋ ਜਿਹੜਾ ਜੀ ਇਸ ਕਰਕੇ ਉਹ ਉਹਨਾਂ ਦੇ ਘਰੇ ਜਾਏ, ਕਈ ਵਾਰੀ ਇਹ ਹੁੰਦਾ ਵੀ ਗੇੜੀ ਪਾਉਣੀ ਆ, ਕੋਈ ਗੱਲ ਨਹੀਂ ਜਿਹੜੀ ਚੀਜ਼ ਆ ਉਹ ਦੇ ਦਾਂਗੇ, ਇਹਦਾ ਪੱਖ ਇਹ ਵੀ ਇੱਕ ਹੋ ਸਕਦਾ। ਅਗਲੇ ਇੱਕ ਦੋ ਦਿਨਾਂ ਦੇ ਵਿੱਚ ਅਸਲ ਕਹਾਣੀ ਸਾਹਮਣੇ ਆਊਗੀ ਜੀ। ਅੱਛਾ ਪੰਨੂ ਸਾਹਿਬ, ਹੁਣ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਇਲੈਕਸ਼ਨਸ ਹੋਣੇ ਨੇ ਉਹਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਵੈਸੇ ਇਕੱਲੀ ਉੱਥੇ ਹੀ ਨਹੀਂ ਇਹ ਰਫੜ ਪਿਆ, ਇਹ ਜਿੱਥੇ ਜਿੱਥੇ ਇਲੈਕਸ਼ਨ ਹੁੰਦੇ ਨੇ ਉੱਥੇ ਉੱਥੇ ਇਸ ਤਰ੍ਹਾਂ ਦੇ ਵਿਵਾਦ ਉੱਠ ਹੀ ਜਾਂਦੇ ਨੇ। ਪਰ ਗੱਲ ਇਹ ਹੈ ਕਿ ਬੀਜੇਪੀ ਦੇ ਵਿੱਚ ਬੰਗਾਲ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਫੁੱਟ ਪੈਂਦੀ ਨਜ਼ਰ ਆ ਰਹੀ ਹੈ, ਇਹਦਾ ਕੀ ਵੇਰਵਾ ਜੀ? ਵੱਡੀ ਫੁੱਟ ਪੈ ਰਹੀ ਹੈ ਜੀ, ਵੱਡੀ ਫੁੱਟ ਪੈ ਰਹੀ ਆ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਵਿੱਚ 200 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਹੀ ਬਗਾਵਤ ਉੱਥੇ ਸ਼ੁਰੂ ਹੋ ਗਈ ਆ।
उम्मीदवारां दी दूजी सूची जारी होण तों बाद कोलकाता सने पूरे प्रदेश दे विच पार्टी दे जिहड़े वर्कर ने उह विरोध प्रदर्शन कर रहे आ, नेतावां नूं घेर रहे आ, कई जगह दे उत्ते पत्थरबाजी ते चपलां वी उहनां ने ला ला के मारियां ने। विरोध नूं काबू करन दे वास्ते गृह मंत्री अमित शाह ने पहलां सोमवार रात नूं अपने सारे प्रोग्राम रद्द कीते ते प्रदेश दी लीडरशिप नूं सद लिया। मंगलवार नूं मुड़ के फिर भाजपा की हेस्टिंग दे विच जिहड़ा दफ्तर आ उहदे सामने वड्डा प्रदर्शन हो गया, अज फिर हो गया। हुण केंद्रीय जिहड़े इह हैगे ने मंत्री अमित शाह हुरी उन्होंने फिर सद्या दलीप घोष मुकुल राय वर्गियां नूं कि छेती दिल्ली आओ उहदे उत्ते गल जिहड़ी उह कीती जावे। भारतीय जनता पार्टी ने एक्चुअली बंगाल विधानसभा चोणां दे वास्ते तीजे ते चौथे गेड दे वास्ते उम्मीदवारां दे जिहड़े नाम दित्ते सीगे तीजे दे वास्ते 27 ते चौथे दे वास्ते 38 सीगे। इहदे विच केंद्रीय मंत्री बाबल सुप्रियो सने तीन मौजूदा मैंबर पार्लीमेंट लाकेट चटर्जी स्वपन दास गुप्ता निशित प्रमाणिक दे नाम जिहड़े उह सीगे। जिहड़े स्वपन दास गुप्ता उहने राज सभा तों नॉमीनेटेड सीगे पर उहने एक दिन अस्तीफा दे दिता और जिहड़े मैंबर पार्लीमेंट ने ते केंद्रीय मंत्री ने उहनां नूं टिकट दित्ते जाण तों बाद पछमी बंगाल दे राजनीतिक हलकियां दे विच वड्डे सवाल खड़े हो रहे आ कि जिहड़ी पार्टी कहिंदी सी 200 सीटां असीं तां उहीं जित लैणियां, उहनां दे कोले की उम्मीदवार नहीं हैगे कि उह मौजूदा जिहड़े संसद ने उहनां नूं लिया रही आ, केंद्र दे विच जिहड़े मंत्री आ उहनां नूं खड़ा जिहड़ा दी उह कर रही आ और इहदे उत्ते सवालिया चिन्ह जिहड़े दी उह वड्डे खड़े हो रहे ने। दूसरा जिहड़ा इह वड्डा उत्ते सवाल जिहदा विरोध दा कारण जिहड़ा दी उह बन रहा कि भारतीय जनता पार्टी एक दर्जन के करीब दल बदलूआं नूं टिकट दे चुकी आ। इहदे विच तृणमूल कांग्रेस CPM ते गोरखा जनमुक्ति मोर्चा तों आए नेता जिहड़े उह शामिल ने और जिहड़े जिहड़े नेता भारतीय जनता पार्टी दे विच तुरे आउंदे आ तृणमूल कांग्रेस छड्ड के उहनां नूं वाए एक्स या जेड सिक्योरिटी जिहड़ी आ उह दित्ती जा रही आ। इहदे विच शुभेंदु अधिकारी ने जिहड़े नंदीग्राम तों चोण लड़ रहे आ, खड़गपुर सदर सीट तों उम्मीदवार जिहड़े बनाए गए आ हिरणमय चैटर्जी, TMC तों आए अशोक डिंडा, वंशरी मायती, वैशाली डालमिया, इह नाम जिहड़े दी उह शामिल ने। अच्छा, भारतीय जनता पार्टी जिहड़ी इत्थे तर्क दिंदी आ उह बड़ा अजीबो गरीब आ। उह कहिंदे दी कि पछमी बंगाल दी जनता नूं इह पता लग गया कि सरकार भारतीय जनता पार्टी दी आ रही है जिहदे करके साडे कोले एप्लीकेशन इन्नियां आ गईआं कि सानूं सांभणियां औखियां हो गईआं। जे इन्नियां एप्लीकेशनज ने एक एक सीट दे उत्ते तुहाडे कोले तुसीं दावा कर रहे हो कि सैकड़े उम्मीदवारां ने आईआं, तुसीं उहदे विचों छाण लो, तुसीं सेंटर दे विचों राज सभा तों अस्तीफा दुहा के किसे नूं लिया रहे हो, उत्थों मंत्री लिया रहे हो, उत्थों मैंबर पार्लीमेंट लिया रहे हो, फिर तां नहीं इह कहा जा सकदा वी एप्लीकेशन इन्नियां आ गईआं कि सांभणियां औखियां हो गईआं। जी अच्छा, पन्नू साहब ये दस्यो नवरीत सिंह दे एक्सरे की जांच वास्ते हुण हाई कोर्ट वल्लों आर्डर किया गया कि एक कमेटी बनाई जाए, सो हले तक भी नवरीत की मौत दे पिछे एक्चुअल वजह की सी उन्हू लैके तफतीश हले तक जारी है, हले तक उहदा कोई सिट्टा निकल नहीं सकिया जी। देखो ये काम पुलिस का सीगा जी, जदों नवरीत की मौत हुंदी आ इन्हां ने की किया, इन्हां ने काली दे नाल उत्थों उहदी डेड बॉडी जिहड़ी सी उह तोड़ दित्ती। जिथे घटना वापरी है पोस्टमार्टम उत्थे होना चाहिए सीगा और यह पोस्टमार्टम होया जी उत्तर प्रदेश दे विच रामपुर दे विच और उन्हां दे परिवार दे मैंबर खास तौर दे उत्ते उहदे जिहड़े दादा जी ने हरदीप सिंह डिबडबा उन्होंने ये गल कही कि असी एक जिहड़ी उत्थे पोस्टमार्टम दे दौरान जिहड़ी एक्सरे कापी सीगी उह असी वेखी सीगी ते उहदे विच बड़ा क्लीयर उह कहिंदे नज़र आ रहा सीगा कि उहनूं गोली वज्जी आ एक्सरे प्लेट जिहड़ी सीगी। हुण क्योंकि उहनां ने इह दिल्ली दी हाई कोर्ट दे विच मुकदमा दर्ज करता कि इहदी इनवैसटीगेशन प्रॉपर होनी चाहीदी आ, पुलिस तां इनवैसटीगेशन कर नहीं सी रही, इह हाई कोर्ट दे हुक्मां दे उत्ते हो रहा जी, जो भी हो रहा। हाई कोर्ट ने पिछली तरीक दे विच इह गल कही सी कि एक्सरे प्लेट ते एक्सरे रिपोर्ट जिहड़ी आ उह दिल्ली लिया के जमा करा दिओ ते उत्थे जदों सानूं लोड़ होऊगी असीं उह लवांगे। 25 साला नवरीत सिंह जिहड़ा जी इहदी एक्सरे रिपोर्ट की पड़ताल करन दे वास्ते सेहत विभाग के जिहड़े एक्सपर्ट ने उहनां दा बोर्ड कायम करन दे हुक्म जिहड़े उह दित्ते गए आ। जस्टिस योगेश खन्ना ने
ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਇਹ ਕਿਹਾ ਕਿ ਉਹ ਐਕਸਰੇ ਰਿਪੋਰਟ ਨੂੰ ਅਸਲ ਐਕਸਰੇ ਪਲੇਟ ਤੋਂ ਤਿਆਰ ਕਰਨ, ਜਿਹੜੀ ਕਿ ਦਿੱਲੀ ਪੁਲਿਸ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ ਦਿੱਤੀ ਆ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਬੋਰਡ ਦੇ ਵਿੱਚ ਮੈਡੀਕਲ ਤੇ ਫੋਰੈਂਸਿਕ ਐਕਸਪਰਟ ਜਿਹੜੇ ਨੇ ਉਹਨਾਂ ਦੇ ਨਾਲ ਰੇਡੀਓਲੋਜਿਸਟ ਸ਼ਾਮਲ ਕਰਕੇ ਰਿਪੋਰਟ ਦੀ ਪੜਤਾਲ ਕਰਾਈ ਜਾਵੇ। ਹਾਈਕੋਰਟ ਨੇ ਇਹ ਕਿਹਾ ਕਿ ਬੋਰਡ ਦੀ ਸਥਾਪਨਾ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੇ ਸੈਕਟਰੀ ਵੱਲੋਂ ਕੀਤੀ ਜਾਵੇ ਤੇ ਇਹਦੀ ਸੁਣਵਾਈ ਜਿਹੜੀ ਅਗਲੀ 14 ਅਪ੍ਰੈਲ ਦੇ ਉੱਤੇ ਜਿਹੜੀ ਆ ਉਹ ਪਾ ਦਿੱਤੀ ਗਈ ਹੈ। ਜਿਹੜੀ ਇਹ ਐਕਸਰੇ ਰਿਪੋਰਟ ਹੈ ਜਿਹੜੀ ਹੁਣ ਹਾਈਕੋਰਟ ਨੇ ਇਹ ਕਿਹਾ ਕਿ ਐਕਸਰੇ ਪਲੇਟ ਤੋਂ ਇਹਨੂੰ ਜਿਹੜਾ ਦੀ ਉਹ ਪ੍ਰਾਪਤ ਕੀਤਾ ਜਾਵੇ ਉਹ ਨਾ ਮੰਨੀ ਜਾਵੇ ਜਿਹੜੀ ਉੱਤਰ ਪ੍ਰਦੇਸ਼ ਦੇ ਵੱਲੋਂ ਦਿੱਤੀ ਗਈ ਆ। ਇਹਦੇ ਵਿੱਚ ਇੱਕ ਟੈਕਨੀਕਲ ਵੱਡੀ ਜਿਹੜੀ ਦੀ ਉਹ ਸਵਾਲ ਜਿਹੜਾ ਉਹ ਉੱਠਦਾ ਕਿ ਇਟ ਮੀਨਸ ਕਿ ਜਿਹੜੀ ਉਹ ਐਕਸਰੇ ਰਿਪੋਰਟ ਹੈ ਉਹਨੂੰ ਅਦਾਲਤ ਇਹ ਕਹਿੰਦੀ ਆ ਕਿ ਉਹਦੇ ਉੱਤੇ ਸਵਾਲ ਕੱਲ੍ਹ ਨੂੰ ਉੱਠ ਪੈਣੇ ਆ ਕਿ ਐਕਸਰੇ ਰਿਪੋਰਟ ਗਲਤ ਹੈ, ਐਕਸਰੇ ਪਲੇਟ ਤੋਂ ਤਿਆਰ ਕੀਤੀ ਜਾਵੇ, ਭਾਵ ਕਿ ਫਰੈਸ਼ ਜਿਹੜੀ ਉਹਦੀ ਰਿਪੋਰਟ ਹੈ ਉਹ ਤਿਆਰ ਕਰਕੇ ਕੱਢੀ ਜਾਵੇ ਤਾਂ ਕਿ ਉਹਦੇ ਤੋਂ ਪਤਾ ਲੱਗੇ ਕਿ ਨਵਰੀਤ ਸਿੰਘ ਦੀ ਮੌਤ ਦਾ ਜਿਹੜਾ ਉਹ ਕਾਰਨ ਕੀ ਸੀਗਾ। ਉਹਦਾ ਪਰਿਵਾਰ ਇਹ ਜਿਹੜਾ ਜੀ ਉਹ ਦੋਸ਼ ਲਾਉਂਦਾ ਹੈ ਕਿ ਉਹਨੂੰ ਗੋਲੀ ਮਾਰੀ ਗਈ ਹੈ, ਜਦੋਂ ਕਿ ਪੁਲਿਸ ਕਹਿੰਦੀ ਹੈ ਕਿ ਉਹਨੇ ਟਰੈਕਟਰ ਭਜਾਇਆ, ਟਰੈਕਟਰ ਪਲਟ ਗਿਆ, ਟਰੈਕਟਰ ਪਲਟਣ ਦੇ ਨਾਲ ਉਹਦੀ ਮੌਤ ਹੋਈ। ਇਸ ਦੀ ਮੌਤ ਦੇ ਉੱਤੇ ਟਵੀਟ ਕਰਨ ਵਾਲੇ ਜਿਹੜੇ ਪੱਤਰਕਾਰ ਨੇ ਦੋ, ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮਾਮਲਾ ਜਿਹੜਾ ਜੀ ਉਹ ਦਰਜ ਹੋ ਗਿਆ ਸੀਗਾ ਕਿ ਉਹਨਾਂ ਨੇ ਇਹ ਗੱਲ ਕਿਉਂ ਕਹੀ ਕਿ ਉਹਦੀ ਮੌਤ ਜਿਹੜੀ ਆ ਉਹ ਗੋਲੀ ਦੇ ਨਾਲ ਹੋਈ ਹੈ। ਨਵਰੀਤ ਸਿੰਘ ਦੀ ਮੌਤ ਜਿਹੜੀ ਆ ਉਹ ਹਾਈ ਕੋਰਟ ਜਿਹੜੀ ਉਹਦੇ ਕਹੇ ਦੇ ਉੱਤੇ ਇਹ ਜਾਂਚ ਰਿਪੋਰਟ ਕਿੱਧਰ ਨੂੰ ਜਾਂਦੀ ਆ, ਇਹਦੇ ਉੱਤੇ ਨਿਗਾਹਾਂ ਨਵਰੀਤ ਸਿੰਘ ਦੇ ਪਰਿਵਾਰ ਦੀਆਂ ਤਾਂ ਟਿਕੀਆਂ ਨੇ। ਇਹਦੇ ਉੱਤੇ ਜਿਹੜੇ ਕੇਸ ਦਰਜ ਹੋਏ ਆ ਇਹਦੇ ਟਵੀਟ ਨੂੰ ਲੈ ਕੇ ਜਿਹੜਾ ਜੀ ਉਹਨਾਂ ਦੀਆਂ ਨਿਗਾਹਾਂ ਵੀ ਇਸ ਰਿਪੋਰਟ ਦੇ ਉੱਤੇ ਬਹੁਤ ਨੇੜੇ ਤੋਂ ਟਿਕੀਆਂ ਹੋਈਆਂ ਨੇ ਕਿ ਜਿਹੜੀ ਹਾਈ ਕੋਰਟ ਹੈ ਦਿੱਲੀ ਦੀ ਉਹ ਕੀ ਕਰਦੀ ਹੈ ਇਸ ਮਸਲੇ 'ਤੇ। ਜੀ ਪੰਨੂ ਸਾਹਿਬ, ਜਿਹੜੇ ਬੀਜੇਪੀ ਦੇ ਐਮ ਪੀ ਨੇ ਹਿਮਾਚਲ ਤੋਂ, ਉਹਨਾਂ ਦੀ ਦਿੱਲੀ ਦੇ ਵਿੱਚ ਮ੍ਰਿਤਕ ਦੇਹ ਮਿਲੀ, ਇਹ ਸੁਸਾਈਡ ਦਾ ਮਾਮਲਾ ਪੰਨੂ ਸਾਹਿਬ? ਦੇਖੋ ਕਿਹਾ ਜਾ ਰਿਹਾ ਪਰ ਮੰਨਿਆ ਨਹੀਂ ਜਾ ਸਕਦਾ ਅਜੇ। ਉਹਦਾ ਕਾਰਨ ਇਹ ਹੈ, ਇੱਕ ਤਾਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਬੜੇ ਭੇਦ ਭਰੇ ਹਾਲਾਤਾਂ ਦੇ ਵਿੱਚ ਰਾਮ ਸਰੂਪ ਸ਼ਰਮਾ ਦੀ ਮੌਤ ਦਿੱਲੀ ਦੇ ਵਿੱਚ ਜਿਹੜਾ ਉਹ ਹੋਈ ਆ। ਉਹਨਾਂ ਦੇ ਸਟਾਫ ਨੇ ਫੋਨ ਕਰਕੇ ਜਿਹੜੀ ਉਹ ਸੂਚਨਾ ਦਿੱਤੀ, ਪੁਲਿਸ ਦੇ ਮੁਤਾਬਕ ਉਹ ਪੱਖੇ ਦੇ ਨਾਲ ਜਿਹੜਾ ਸੀ ਉਹ ਰੱਸੀ ਲਾ ਕੇ ਲਟਕੇ ਹੋਏ ਸੀਗੇ, ਦਰਵਾਜ਼ਾ ਅੰਦਰੋਂ ਬੰਦ ਸੀਗਾ। ਇਹ ਮੰਨਿਆ ਜਾ ਰਿਹਾ ਜਿਹੜਾ ਜੀ ਕਿ ਉਹਨਾਂ ਨੇ ਆਤਮ ਹੱਤਿਆ ਕੀਤੀ ਆ। ਕਈ ਜਿਹੜੇ ਨੇਤਾ ਜੀ ਉਹਨਾਂ ਦੇ ਫਲੈਟ ਦੇ ਉੱਤੇ ਪਹੁੰਚੇ, ਔਰ ਜਿਹੜੇ ਸ਼ਰਮਾ ਸੀਗੇ ਜੀ ਉਹ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਸੀਗੇ, ਪ੍ਰਦੇਸ਼ ਦੇ ਵੱਡੇ ਨੇਤਾਵਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਸੀ। ਰਾਮ ਸਰੂਪ ਸ਼ਰਮਾ 2019 ਦੇ ਆਮ ਚੋਣਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ 'ਤੇ ਲੋਕ ਸਭਾ ਤੋਂ ਜਿੱਤੇ ਸੀਗੇ, ਔਰ 14 ਦੇ ਵਿੱਚ ਹੀ ਉਹਨਾਂ ਨੇ ਮੰਡੀ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਸੀਗੀਆਂ। 10 ਜੂਨ 1958 ਨੂੰ ਜੰਮੇ ਰਾਮ ਸਰੂਪ ਸ਼ਰਮਾ ਜਿਹੜੇ ਸੀਗੇ ਉਹ RSS ਦੇ ਨਾਲ ਜੁੜੇ ਹੋਏ ਸੀਗੇ ਬਹੁਤ ਸਾਰੇ ਸਾਲਾਂ ਤੋਂ। 14 ਦੇ ਵਿੱਚ ਉਹਨਾਂ ਨੇ ਮੰਡੀ ਲੋਕ ਸਭਾ ਸੀਟ ਜਿੱਤੀ, ਫਿਰ ਉਹਨਾਂ ਨੇ ਜਿਹੜੀ 19 ਦੇ ਵਿੱਚ ਵੀ ਜਿਹੜੀ ਉਹ ਲੋਕ ਸਭਾ ਦੀ ਸੀਟ ਜਿੱਤੀ। ਉਹਨਾਂ ਦੀ ਮੌਤ ਦਾ ਕਾਰਨ ਕੀ ਰਿਹਾ, ਉਹਨਾਂ ਨੇ ਕਿਉਂ ਖੁਦਕੁਸ਼ੀ ਕੀਤੀ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਜਾਣਨ ਵਾਲੇ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਰਾਮ ਸਰੂਪ ਸ਼ਰਮਾ ਭਲੇ ਮਨੁੱਖ ਸੀਗੇ, ਭਲੇ ਮਾਨਸ ਵਿਅਕਤੀ ਸੀਗੇ, ਔਰ ਉਹ ਖੁਦ ਨੂੰ ਨਰਿੰਦਰ ਮੋਦੀ ਹੋਰਾਂ ਦੇ ਸੁਦਾਮਾ ਜਿਹੜਾ ਉਹ ਦੱਸਦੇ ਸੀਗੇ ਕਿ ਮੈਂ ਤਾਂ ਉਹਨਾਂ ਦਾ ਸੁਦਾਮਾ ਹੈ, ਮਤਲਬ ਕਿ ਜਿਹਨਾਂ ਲੋਕਾਂ ਨੇ ਮੰਗਣਾ ਕੁਛ ਨਹੀਂ ਹੁੰਦਾ, ਉਹ ਆਪਣੇ ਆਪ ਨੂੰ ਜਿਹੜਾ ਉਹ ਦੱਸਦੇ ਸੀਗੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਭੇਦ ਹੈ, ਭੇਦ ਬਣਿਆ ਰਹੂਗਾ, ਭੇਦ ਦਾ ਖੁਲਾਸਾ ਹੋਊਗਾ, ਇਹ ਵੀ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ, ਕਿਉਂਕਿ ਕੁਛ ਨਹੀਂ ਅਜੇ ਕਿਹਾ ਜਾ ਸਕਦਾ ਕਿ ਇਹਦੇ ਪਿੱਛੇ ਕਾਰਨ ਕੀ ਰਿਹਾ। ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਜੀ ਉਹ ਭੇਜ ਦਿੱਤੀ ਗਈ ਆ ਹਿਮਾਚਲ ਪ੍ਰਦੇਸ਼ ਦੇ ਵਿੱਚ, ਭਲ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ। ਪੰਨੂ ਸਾਹਿਬ ਇੱਕ ਇਹ ਦੱਸਿਓ, ਜਲੰਧਰ ਦੇ ਵਿੱਚੋਂ ਕੀ ਖਬਰਾਂ ਆ ਰਹੀਆਂ ਨੇ, ਅੰਧ ਵਿਸ਼ਵਾਸ ਦੀਆਂ, ਕਹਿੰਦੇ ਹੱਦਾਂ ਪਾਰ ਹੋ ਗਈਆਂ, ਬੱਚਿਆਂ ਨੂੰ ਕਿਸੇ ਅੰਧ ਵਿਸ਼ਵਾਸ ਵਾਲੇ ਕੰਮ 'ਚ ਇਸਤੇਮਾਲ ਕੀਤਾ ਗਿਆ, ਇਹਦਾ ਕੀ ਵੇਰਵਾ ਜੀ? ਦੇਖੋ ਵੈਸੇ ਤਾਂ ਇਹ ਮੂਰਖਪੁਣਾ ਸਾਰੇ ਜਗ੍ਹਾ ਦੇ ਉੱਤੇ ਹੀ ਆ, ਕੋਈ ਇਹ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਆ, ਭਾਰਤ ਦੇ ਵਿੱਚ ਆ, ਜਿਹੜੀਆਂ ਬਹੁਤ ਸਾਰੀਆਂ ਆਪਾਂ ਵੀ ਪੰਜਾਬੀ ਦੀਆਂ ਅਖਬਾਰਾਂ ਵਿਦੇਸ਼ਾਂ ਤੋਂ ਛਪਦੀਆਂ ਦੇਖਦੇ ਹਾਂ ਜੀ, ਉਹ ਚੱਲਦੀਆਂ ਹੀ ਇਹੋ ਜਿਹੀਆਂ ਐਡਵਰਟਾਈਜ਼ਮੈਂਟ ਦੇ ਸਿਰ ਦੇ ਉੱਤੇ ਆ।
ਇਹਨੂੰ ਵਸ ਚ ਕਰਨਾ, ਇਹਨੂੰ ਵਸ ਚ ਕਰਨਾ, ਉਹ ਕਰ ਲਓ, ਆਹ ਕਰ ਲਓ। ਇਹ ਜਿਹੜਾ ਜੀ ਇੱਕ ਮੰਗਲੀਕ ਕੁੜੀ ਜੀ ਦਾ ਵਿਆਹ ਨਹੀਂ ਹੋ ਰਿਹਾ ਸੀਗਾ, ਸੋ ਦੱਸਣ ਵਾਲੇ ਦੇ ਕਹਿਣ ਦੇ ਉੱਤੇ ਕੁੰਡਲੀ ਜਿਹੜੀ ਸੀ ਉਹਦਾ ਮੰਗਲ ਦੋਸ਼ ਦੂਰ ਕਰਨ ਦੇ ਵਾਸਤੇ ਪਰਿਵਾਰ ਨੇ ਆਪਣੀ ਬੇਟੀ 13 ਸਾਲ ਦੇ ਜਿਹੜਾ ਬੱਚੇ ਦੇ ਨਾਲ ਉਹਦਾ ਵਿਆਹ ਕੀਤਾ। ਸਾਰੀਆਂ ਰਸਮਾਂ ਹੋਈਆਂ ਔਰ ਇਹਦਾ ਜਿਹੜਾ ਉਹਨੂੰ ਫਿਰ ਚੂੜੀਆਂ ਉਹਦੀਆਂ ਤੋੜ ਕੇ ਵਿਧਵਾ ਉਹਨੂੰ ਬਣਾਇਆ ਗਿਆ ਔਰ ਵਿਧਵਾ ਹੋਣ ਦੇ ਉੱਤੇ ਜਿਹੜਾ ਰੋਣ ਪਿੱਟਣ ਸੀ ਉਹ ਕੀਤਾ ਗਿਆ। ਸ਼ੋਕ ਸਭਾ ਹੋਈ। 6 ਦਿਨ ਤੱਕ ਘਰ ਦੇ ਅੰਦਰ ਪਰਿਵਾਰ ਵਾਲਿਆਂ ਦੀ ਮੌਜੂਦਗੀ ਦੇ ਵਿੱਚ ਇਹ ਸਾਰਾ ਕੁਛ ਕੀਤਾ ਗਿਆ। ਉਦੋਂ ਬਾਅਦ ਬੱਚੇ ਨੂੰ ਘਰੇ ਜਿਹੜਾ ਉਹ ਭੇਜਿਆ ਗਿਆ। ਜਦੋਂ ਬੱਚਾ ਘਰੇ ਪਹੁੰਚਿਆ ਤਾਂ ਉਹਨੇ ਪਰਿਵਾਰ ਵਾਲਿਆਂ ਨੂੰ ਦੱਸੀ ਵੀ ਉਹਦੇ ਨਾਲ ਹੋਇਆ ਕੀ। ਉਹ ਡਰਿਆ ਹੋਇਆ ਸੀਗਾ ਕਿ ਜਿਹੜਾ ਜੀ ਉਹਦੇ ਨਾਲ ਆਹ ਕੁਛ ਹੁੰਦਾ ਰਿਹਾ, ਛੋਟਾ ਬੱਚਾ ਸੀ। ਤੋ ਪਰਿਵਾਰ ਵਾਲੇ ਇਸ ਗੱਲੋਂ ਡਰ ਗਏ ਵੀ ਉਹਦੇ ਉੱਤੇ ਕੋਈ ਜਾਦੂ ਟੋਣਾ ਤਾਂ ਨਹੀਂ ਕਰਤਾ। ਉਹ ਫਿਰ ਪੁਲਿਸ ਦੇ ਕੋਲ ਪਹੁੰਚ ਗਏ ਅਤੇ ਉੱਥੋਂ ਜਿਹੜੀ ਇਹ ਸਾਰੀ ਕਹਾਣੀ ਨਿਕਲਣੀ ਸ਼ੁਰੂ ਹੋਈ। ਜਿਹਨੇ ਸਾਰਾ ਕੁਛ ਦੱਸਿਆ ਸੀਗਾ ਪੰਡੇ ਨੇ, ਉਹਨੇ ਇਹ ਕਿਹਾ ਕਿ ਇਹ ਸਭ ਅੰਧ ਵਿਸ਼ਵਾਸ ਕਰਕੇ ਹੋਇਆ, ਬੱਚੇ ਨੂੰ ਕੁਛ ਨਹੀਂ ਹੁੰਦਾ। ਇਹ ਕਿਹਾ ਕਿ ਅਸੀਂ ਤਾਂ ਉਹਦਾ ਜਿਹੜਾ ਮੰਗਲ ਦੋਸ਼ ਸੀਗਾ ਉਹ ਠੀਕ ਕਰਨ ਦੇ ਵਾਸਤੇ ਜਿਹੜਾ ਉਹ ਕੀਤਾ ਸੀਗਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਪਹਿਲਾਂ ਵੀ ਇਸ ਬੰਦੇ ਨੇ ਕਦੀ ਉਹਦਾ ਮਟਕੇ ਦੇ ਨਾਲ ਜਿਹੜਾ ਉਹ ਵਿਆਹ ਕੀਤਾ, ਮਟਕੇ ਤੋਂ ਬਾਅਦ ਉਹਨੇ ਇਹ ਕਿਹਾ ਕਿ 2 ਬੱਚਿਆਂ ਦਾ ਵਿਆਹ ਆਪਸ ਦੇ ਵਿੱਚ ਕਰੋ, ਉਦੋਂ ਬਾਅਦ ਫਿਰ ਇਹ ਮੰਗਲ ਦੋਸ਼ ਜਿਹੜਾ ਜੀ ਉਹਦਾ ਉਹ ਠੀਕ ਹੋ ਸਕੂਗਾ। ਇਹ ਟਿਊਸ਼ਨ ਪੜ੍ਹਨ ਆਉਂਦਾ ਸੀਗਾ, ਗਰੀਬ ਘਰ ਦਾ ਬੱਚਾ ਸੀਗਾ, ਫ੍ਰੀ ਪੜ੍ਹਾਉਣ ਦੀ ਗੱਲ ਕਹਿ ਕੇ ਘਰੇ ਜਿਹੜਾ ਜੀ ਉਹ ਰੱਖ ਲਿਆ ਅਤੇ ਅਸਲ ਦੇ ਵਿੱਚ ਹਾ ਸਵਾਂਗ ਜਿਹੜਾ ਸੀ ਉੱਥੇ ਰਚਾਇਆ। ਮੈਂ ਉਹੀ ਪੁੱਛਣ ਲੱਗਾ ਸੀ ਵੀ ਜੇ ਬੱਚਾ ਇੰਨੇ ਦਿਨ ਗਾਇਬ ਰਿਹਾ, ਪੇਰੈਂਟਸ ਨੂੰ ਕੋਈ ਉਹ ਨਹੀਂ ਹੋਇਆ ਫਿਕਰਮੰਦੀ? ਪਰ ਤੁਸੀਂ ਆਹ ਲਾਸਟ ਸੈਂਟੈਂਸ 'ਚੋਂ ਗੱਲ ਕਵਰ ਕਰਤੀ ਜੀ। ਅੱਛਾ ਪੰਨੂ ਸਾਹਿਬ, ਇੱਕ ਬਰੀਫਲੀ ਦੱਸਿਓ ਵੀ ਸੁਖਬੀਰ ਸਿੰਘ ਬਾਦਲ ਦੇ ਕੋਵਿਡ ਪੋਜ਼ਿਟਿਵ ਟੈਸਟ ਆਉਣ ਤੋਂ ਬਾਅਦ ਹੁਣ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਗੁੜਗਾਓਂ ਕਿ ਦਿੱਲੀ ਕਿੱਥੇ ਸ਼ਿਫਟ ਕੀਤਾ ਗਿਆ ਜੀ? ਗੁੜਗਾਓਂ ਕੀਤਾ ਗਿਆ ਜੀ, ਗੁੜਗਾਓਂ ਦੇ ਵਿੱਚ ਮੈਦਾਨਤਾ ਹੋਸਪਿਟਲ ਆ ਜੀ, ਉਹਦੇ ਵਿੱਚ ਲਿਜਾਇਆ ਗਿਆ। ਕੱਲ੍ਹ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ ਆ ਅਤੇ ਆਪਣੇ ਆਪ ਨੂੰ ਉਹਨਾਂ ਨੇ ਆਈਸੋਲੇਟ ਕਰ ਲਿਆ ਮੋਹਾਲੀ ਦੇ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਕੀਤਾ ਗਿਆ ਸੀ। ਅੱਜ ਮੋਹਾਲੀ ਤੋਂ ਗੁੜਗਾਓਂ ਸ਼ਿਫਟ ਜਿਹੜਾ ਉਹ ਕੀਤਾ ਗਿਆ। ਹੁਣ ਇਹ ਕਿਹਾ ਜਾ ਰਿਹਾ ਜਿਹੜੀ ਗੱਲ ਦਲਜੀਤ ਸਿੰਘ ਚੀਮਾ ਹੋਰਾਂ ਨੇ ਕਹੀ ਹੈ ਕਿ ਉਹਨਾਂ ਦੀ ਸਿਹਤ ਠੀਕ ਹੈ, ਪਰਿਵਾਰਕ ਮੈਂਬਰਾਂ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਦਿੱਲੀ ਸ਼ਿਫਟ ਕੀਤਾ ਗਿਆ, ਅਤੇ ਦੂਸਰੀ ਗੱਲ ਉਹ ਕਹਿੰਦੇ ਆ ਕਿ ਬਿਹਤਰ ਸਿਹਤ ਸਹੂਲਤਾਂ ਦੇ ਕਰਕੇ ਉਹਨਾਂ ਨੂੰ ਉੱਥੇ ਜਿਹੜਾ ਦੀ ਉਹ ਸ਼ਿਫਟ ਕੀਤਾ ਗਿਆ। ਪੰਜਾਬ 'ਚ ਬਿਹਤਰ ਸਿਹਤ ਸਹੂਲਤਾਂ ਨਹੀਂ ਹੈਗੀਆਂ ਔਰ ਪੰਜਾਬ ਦੇ ਖਾਸ ਤੌਰ ਦੇ ਉੱਤੇ ਸਰਕਾਰੀ ਹੋਸਪਿਟਲਾਂ ਦੇ ਵਿੱਚ ਤਾਂ ਬਿਹਤਰ ਸਿਹਤ ਸਹੂਲਤਾਂ ਹੈ ਹੀ ਨਹੀਂ, ਪ੍ਰਾਈਵੇਟ 'ਚ ਵੀ ਹੈ ਨਹੀਂ। ਤਾਂ ਕਰਕੇ ਦਲਜੀਤ ਸਿੰਘ ਚੀਮਾ ਹੋਰੀ ਕਹਿੰਦੇ ਆ ਕਿ ਬਿਹਤਰ ਸਿਹਤ ਸਹੂਲਤਾਂ ਕਰਕੇ ਉਹਨਾਂ ਨੂੰ ਉੱਥੇ ਸ਼ਿਫਟ ਕੀਤਾ ਗਿਆ। 10 ਵਰੇ ਰਾਜ ਕਰਕੇ ਗਏ ਆ। ਵਿਧਾਨ ਸਭਾ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਮੁੱਦਾ ਉਠਾਇਆ ਸੀਗਾ ਕਿ ਪੰਜਾਬ ਦੇ ਸਿਹਤ ਮੰਤਰੀ ਪ੍ਰਾਈਵੇਟ ਹੋਸਪਿਟਲ 'ਚ ਦਾਖਲ ਕਿਉਂ ਹੋਏ ਕੋਰੋਨਾ ਹੋਣ ਤੋਂ ਬਾਅਦ, ਉਹਨਾਂ ਨੂੰ ਸਰਕਾਰੀ ਹੋਸਪਿਟਲ 'ਚੋਂ ਇਲਾਜ ਕਰਾਉਣਾ ਚਾਹੀਦਾ ਸੀਗਾ। ਤੋ ਉਹ ਆਹ ਹੁਣ ਇੱਕ ਹੋਰ ਜਵਾਬ ਹੈ ਜੀ ਇਹਦਾ, ਵੀ ਤੁਹਾਨੂੰ ਤਾਂ ਪੰਜਾਬ ਦੇ ਪ੍ਰਾਈਵੇਟ ਹੋਸਪਿਟਲਾਂ ਦੇ ਉੱਤੇ ਵੀ ਯਕੀਨ ਨਹੀਂ ਹੈਗਾ ਜੀ। ਤੇ ਪੰਨੂ ਸਾਹਿਬ, ਅੱਜ ਨਾਮਾ ਕੀ ਹੈ ਜੀ? ਕਿ ਰਹਿੰਦਾ ਚੋਣਾਂ ਦੇ ਲਈ ਆ ਵਕਤ ਚੋਖਾ, ਭਾਜੜ ਸੀਟਾਂ ਦੀ ਗਈ ਆ ਮੱਚ ਮੀਆਂ। ਰਹਿੰਦਾ ਚੋਣਾਂ ਦੇ ਲਈ ਆ ਵਕਤ ਚੋਖਾ, ਭਾਜੜ ਸੀਟਾਂ ਦੀ ਗਈ ਆ ਮੱਚ ਮੀਆਂ। ਸਾਰੇ ਹੀ ਮਰਜ਼ੀ ਦੀ ਮੰਗਦੇ ਸੀਟ ਬੇਲੀ, ਮੁੱਢੋਂ ਯਾਰੀਆਂ ਟੁੱਟਣ ਜਿਉਂ ਕੱਚ ਮੀਆਂ। ਜਿਹਨੂੰ ਸੀਟ ਦੀ ਝੰਡੀ ਆ ਮਿਲ ਜਾਂਦੀ, ਉਹਦਾ ਕੋੜਵਾਂ ਪੈਂਦਾ ਹੀ ਨੱਚ ਮੀਆਂ। ਰਹਿੰਦਾ ਜਿਹੜਾ ਰਕੀਬ ਆ ਸੀਟ ਵਾਜੋਂ, ਭਰਿਆ ਗਲੇ ਦਾ ਹੁੰਦਾ ਹੀ ਗੱਚ ਮੀਆਂ। ਰਹਿੰਦੇ ਸਾਲ ਤੋਂ ਹੋਇਆ ਜੇ ਹਾਲ ਏਦਾਂ, ਮਗਰੋਂ ਖੋਰੇ ਕੀ ਆਉਣੇ ਨੇ ਰੰਗ ਮੀਆਂ। ਰਹਿੰਦੇ ਸਾਲ ਤੋਂ ਹੋਇਆ ਜੇ ਹਾਲ ਏਦਾਂ, ਮਗਰੋਂ ਖੋਰੇ ਕੀ ਆਉਣੇ ਨੇ ਰੰਗ ਮੀਆਂ। ਲੱਗ ਪਈ ਹੋਣ ਅਗੇਤੜੀ ਦਲ ਬਦਲੀ, ਸੁਣਦੀ ਟੱਬਰਾਂ ਵਿੱਚ ਪਈ ਜੰਗ ਮੀਆਂ। ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਹਿਬ, ਕੱਲ੍ਹ ਫਿਰ ਗੱਲ ਕਰਦੇ ਹਾਂ ਜੀ। ਮਿਹਰਬਾਨੀ ਜੀ, ਧੰਨਵਾਦ।